चेन्नई चाहे जलंधरों गुजराती चाहे पार समंदरों आए सब किस्मत अजमावन लेके स्वाद नवाबी व्यंजन टीवी तो सिख जावे जायके पिछे हुंदे मेंटल चाइनीज हो जा कॉन्टिनेंटल इटालियन जा मेडिट्रेनियन मुगले बड़ा स्वादी मास्टर शेफ पंजाबी मान पंजाब दा अकुकरी रियलिटी शो मैं अवरिंदर कौर एक बार फिर स्वागत कर रही हूँ जी साडे सारे ही व्यूअर्स का ते हाँ साडे सारे ही जिहड़े कंटेस्टेंट्स ने आउण वाले ने इस ऑडिशन दे विच उहनां दा वी पर मैनू लगदा है कि मास्टर शेफ पंजाबी दे इतिहास विच ए शहर ते ए सीजन पहला इतिहासिक होण वाला है क्योंकि अज हो गया जी तीजा दिन ते साडे ऑडिशन्स जिहड़े ने फस्ट राउंड दे हाले वी चल रहे ने कंटेस्टेंट्स दीआं अपनी मर्जी दीआं डिशेस ते हाँ ਆਪੋ ਆਪਣਾ ਬੈਸਟ ਦੇਣ ਦੀ ਹਰ ਕੋਈ ਕੋਸ਼ਿਸ਼ ਕਰ ਰਿਹਾ ਟੌਪ 20 ਦਾ ਸਫ਼ਰ ਲੰਬਾ ਹੈ ਤੇ ਹਾਂ ਮੁਕਾਬਲਾ ਵੀ ਬਹੁਤ ਜ਼ਬਰਦਸਤ ਹੈ ਫਿਲਹਾਲ ਮੈਂ ਵਰਿੰਦਰ ਕੌਰ ਲੈ ਕੇ ਚੱਲ ਰਹੀ ਹਾਂ ਜੀ ਤੁਹਾਨੂੰ ਅੱਜ ਤੀਸਰੇ ਦਿਨ ਇਸ ਸ਼ਹਿਰ ਦੇ ਆਡੀਸ਼ਨਸ ਦੇ ਸਫ਼ਰ ਤੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਅੱਜ ਸਾਡੇ ਕੋਲ ਕੌਣ ਕੌਣ ਪਹੁੰਚਿਆ ਤੇ ਕਿੱਥੋਂ ਕਿੱਥੋਂ ਪਹੁੰਚਿਆ ਪੂਨਮ ਜੀ ਤੁਸੀਂ ਜਲੰਧਰ ਤੋਂ ਆਏ ਹੋ ਹਾਂਜੀ ਮੈਂ ਜਲੰਧਰ ਦੀ ਹਾਂ ਤੇ ਹੋਮ ਸ਼ੈਫ ਬੈਂਕ ਮੈਂ ਹਾਂਜੀ ਆਪਣੇ ਇਨੋਵੇਟਿਵ ਕਰਦੀ ਹਾਂ ਕੋਈ ਡਿਸ਼ਿਜ਼ ਨੂੰ ਆਪਣੀਆਂ ਅਤੇ ਜਿੱਦਾਂ ਇੰਡੀਅਨ ਡਿਸ਼ਿਜ਼ ਹੈਗੀਆਂ ਉਹਦੇ ਨਾਲ ਕੁਛ ਇਨੋਵੇਟਿਵ ਕਰਕੇ ਕੁਛ ਵੀ ਚੇਂਜ ਕਰਕੇ ਮੇਰਾ ਬਣਾਉਣ ਦਾ ਮੈਨੂੰ ਸ਼ੌਂਕ ਹੈਗਾ ਬਿਲਕੁਲ ਅਸੀਂ ਤੁਹਾਡੇ ਫੋਰਮ ਤੋਂ ਦੇਖ ਰਹੇ ਹਾਂ ਜਿਹੜੀ ਡਿਸ਼ ਹੈ ਤੁਸੀਂ ਬਣਾਈ ਹੈ ਨਾਮ ਵੀ ਬੜਾ ਜ਼ਬਰਦਸਤ ਰੱਖਿਆ ਹੈ ਦੇਸ਼ ਪ੍ਰਦੇਸ਼ ਹਾਂਜੀ ਦੇਖਣ ਨੂੰ ਇਹ ਬਹੁਤ ਇੰਟਰਸਟਿੰਗ ਡਿਸ਼ ਲੱਗ ਰਹੀ ਹੈ ਜਿਹੜੇ ਐਲੀਮੈਂਟਸ ਨੇ ਇਸ ਪਲੇਟ ਦੇ ਅੰਦਰ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਸਾਡੇ ਦਿਲ ਦੇ ਅੰਦਰ ਕ੍ਰੀਏਟ ਕਰ ਰਹੇ ਨੇ ਦੇਸ਼ ਪ੍ਰਦੇਸ਼ ਅਤੇ ਪੂਨਮ ਜੀ ਤੁਸੀਂ ਇਸ ਡਿਸ਼ ਨੂੰ ਡਿਸਕ੍ਰਾਈਬ ਕਰੋਗੇ ਥੋੜ੍ਹਾ ਜਿਹਾ ਹਾਂਜੀ ਇਹ ਨੀਚੇ ਬੇਸ ਇਹਦਾ ਮੈਂ ਬਣਾਇਆ ਇਹਦਾ ਕੇਵਰ ਬਣਾਇਆ ਇੰਡੀਅਨ ਡਿਜ਼ਰਟ ਹੈਗਾ ਅਤੇ ਉਹਨੂੰ ਮੈਂ ਇਨੋਵੇਟਿਵ ਕਰਕੇ ਨੀਚੇ ਘੇਵਰ ਬਣਾ ਕੇ ਉਹਦੇ ਵਿੱਚ ਮੈਂ ਸੈਫਰੋਨ ਦੀ ਸੌਸ ਬਣਾ ਕੇ ਪਾਈ ਹੈ ਅਤੇ ਉਹਦੇ ਉੱਪਰ ਮੈਂ ਚੋਕਲੇਟ ਮਫਿਨ ਬਣਾਏ ਸੀਗੇ ਵਿਦ ਚੋਕਲੇਟ ਗਨਾਸ਼ ਉਹਦੇ ਉੱਪਰ ਮੈਂ ਚਿਲੀ ਫਲੇਕਸ ਔਰ ਸੋਲਟ ਪਾਇਆ ਥੋੜ੍ਹਾ ਟੇਸਟ ਇਨਹਾਂਸ ਵੈਰੀ ਇੰਟਰਸਟਿੰਗ ਅਰੇ ਸ਼ੈਫ ਆਪਾਂ ਪਲੇਟ ਦੇ ਵਿੱਚ ਤਾਂ ਬਹੁਤ ਸੋਹਣਾ ਲੱਗ ਰਿਹਾ ਇਹਨੂੰ ਟੇਸਟ ਵੀ ਕਰਕੇ ਥੋੜ੍ਹਾ ਦੱਸੋ ਉਹਨਾਂ ਨੂੰ ਜਿਹੜੇ ਆਪਣੇ ਰਿਮਾਰਕਸ ਨੇ ਤਾਂ ਕਿ ਉਹਨਾਂ ਦੇ ਦਿਲ ਦੀ ਜਿਹੜੀ ਅੰਦਰ ਧੜਕਣਾ ਨੇ ਬਹੁਤ ਤੇਜ਼ ਨੇ ਉਹਨਾਂ ਨੂੰ ਥੋੜ੍ਹਾ ਕਾਬੂ ਕਰ ਸਕਣ ਪੂਨਮ ਜੀ ਤੁਹਾਡੀ ਡਿਸ਼ ਤਾਂ ਵੈਸੇ ਬਹੁਤ ਅੱਛੀ ਲੱਗ ਰਹੀ ਹੈ ਪਲੇਟਿੰਗ ਬਹੁਤ ਅੱਛੀ ਕੀਤੀ ਹੋਈ ਹੈ ਇਨੋਵੇਸ਼ਨ ਵੀ ਬਹੁਤ ਜ਼ਿਆਦਾ ਹੈ ਵੈਲ ਮੈਨੂੰ ਲੱਗਦਾ ਇਹਦੇ ਵਿੱਚ ਮਿੱਠਾ ਥੋੜ੍ਹਾ ਜ਼ਿਆਦਾ ਹੈ ਬਿਕੋਜ਼ ਤੁਸੀਂ ਇਹਦੇ ਵਿੱਚ ਯੂ ਨੋ ਚੋਕਲੇਟ ਵੀ ਅਤੇ ਘੇਵਰ ਵੀ ਬਹੁਤ ਕੁਛ ਮਿਕਸ ਕਰਦਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਮਿੱਠਾ ਜ਼ਿਆਦਾ ਹੋ ਗਿਆ ਉਹਨੂੰ ਮੈਂ ਬੈਲੈਂਸ ਕਰਨ ਵਾਸਤੇ ਉਹਦੇ ਮੈਂਗੋ ਨਾਲ ਲਗਾਇਆ ਸੀ ਅਤੇ ਮੈਂਗੋ ਵੀ ਮਿੱਠਾ ਹੁੰਦਾ ਬਟ ਉਹਦੀ ਥੋੜ੍ਹੀ ਜਿਹੀ ਖਟਾਸ ਹੁੰਦੀ ਹੈ ਅਤੇ ਉਹਦੇ ਉੱਤੇ ਚੋਕਲੇਟ ਦੇ ਉੱਤੇ ਮੈਂ ਜਿਹੜਾ ਨਮਕ ਪਾਇਆ ਔਰ ਚਿਲੀ ਫਲੇਕਸ ਪਾਇਆ ਉਹਨੂੰ ਥੋੜ੍ਹਾ ਜਿਹਾ ਬੈਲੈਂਸ ਕਰਨ ਵਾਸਤੇ ਇਸੇ ਕਰਕੇ ਥੋੜ੍ਹਾ ਜਿਹਾ ਪਾਇਆ ਸੀ ਵੈਸੇ ਲੈਟਸ ਹੋਪ ਥੈਂਕ ਯੂ ਥੈਂਕ ਯੂ ਜਿੰਨੀ ਕੁ ਐਕਸਾਈਟਮੈਂਟ ਮੈਨੂੰ ਲੱਗ ਰਹੀ ਹੈ ਨਾ ਕਿ ਕੰਟੈਸਟੈਂਟਸ ਦੇ ਵਿੱਚ ਇਸ ਤੋਂ ਜ਼ਿਆਦਾ ਜੱਜਸ ਦੇ ਵਿੱਚ ਲੱਗ ਰਹੀ ਹੈ ਭਈ ਜੱਜਸ ਨੂੰ ਲੱਗਣੀ ਵੀ ਬਣਦੀ ਹੈ ਕਿਉਂਕਿ ਇੰਨੀਆਂ ਅੱਛੀਆਂ ਅਤੇ ਡਿਲੀਸ਼ੀਅਸ ਡਿਸ਼ਿਜ਼ ਜਿਹੜੀਆਂ ਨੇ ਟੇਸਟ ਕਰਨ ਨੂੰ ਮਿਲ ਰਹੀਆਂ ਨੇ ਅਤੇ ਇੱਥੇ ਮੈਂ ਵੇਟ ਕਰ ਰਹੀ ਹਾਂ ਕਿ ਹਾਂ ਇਹ ਕੋਈ ਡਿਸ਼ ਮੇਰੇ ਤੱਕ ਪਹੁੰਚ ਜਾਏ ਬਟ ਕੋਈ ਨਾ ਆਪਾਂ ਕਰਾਂਗੇ ਫਿਲਹਾਲ ਕੰਟੈਸਟੈਂਟ ਨੰਬਰ ਨੈਕਸਟ ਹੈਲੋ ਮੈਮ ਕੀ ਹਾਲ ਚਾਲ ਹੈ ਵਧੀਆ ਜੀ ਕੀ ਨਾਮ ਹੈ ਤੁਹਾਡਾ ਅਤੇ ਕਿੱਥੋਂ ਹੈ ਪੂਨਮ ਜੈਨ ਹੈ ਮੈਂ ਜਲੰਧਰ ਤੋਂ ਆਈ ਹਾਂ ਅਤੇ ਮੈਂ ਹੋਮ ਬੇਕਰ ਵੀ ਹੈਗੀ ਹਾਂ ਵੈਸੇ ਇਹਨਾਂ ਨੂੰ ਦੇਖ ਕੇ ਲੱਗਦਾ ਇੰਨਾ ਚਾਅ ਮੈਂ ਇਹਨਾਂ ਦੇ ਫੇਸ 'ਤੇ ਕਿ ਇਹ ਸਾਰੀਆਂ ਚੀਜ਼ਾਂ ਆਪ ਹੀ ਬਣਾ ਕੇ ਖਾਂਦੇ ਬਿਲਕੁਲ ਜੀ ਅੱਛਾ ਅੱਜ ਕੀ ਲੈ ਕੇ ਆਏ ਅੱਜ ਮੈਂ ਦੇਸ਼ ਪ੍ਰਦੇਸ਼ ਲੈ ਕੇ ਆਈ ਸੀਗੀ ਅਤੇ ਜੱਜਸ ਦਾ ਰਿਸਪੋਂਸ ਕਿਵੇਂ ਦਾ ਰਿਹਾ ਰਿਸਪੋਂਸ ਉਹਨਾਂ ਦਾ ਬਹੁਤ ਅੱਛਾ ਰਿਹਾ ਅਤੇ ਉਹਨਾਂ ਨੂੰ ਬਹੁਤ ਅੱਛੀ ਵੀ ਲੱਗੀ ਡਿਸ਼ ਮੇਰੀਆਂ
ਤੇ ਕੁਛ ਇਨੋਵੇਟਿਵ ਕਰਨ ਦਾ ਉਹਨਾਂ ਨੂੰ ਅੱਛਾ ਲੱਗਿਆ ਕਿ ਹਾਂ ਕੁਛ ਇਨੋਵੇਟਿਵ ਕਰਕੇ ਲਿਆਏ ਹੈ ਤੇ ਉਹਨਾਂ ਨੇ ਜਿਸ ਤਰ੍ਹਾਂ ਦੇ ਕਮੈਂਟ ਦਿੱਤੇ ਇਸ ਵਜ੍ਹਾ ਨਾਲ ਤਾਂ ਮੈਂ ਤਾਂ ਵਿਨਰ ਆਪਣੇ ਆਪ ਨੂੰ ਸਮਝਦੀ ਪਈ। ਅੱਛਾ ਮਤਲਬ ਟੈਲੀਕਾਸਟ ਸ਼ੋਅ ਹੋਵੇ ਜਦੋਂ ਉਦੋਂ ਵੇਖੀ ਜਾਊਗੀ, ਬਟ ਇਸ ਟਾਈਮ ਤੁਸੀਂ ਇਸ ਟਾਈਮ ਵਿਨਰ ਹੈਗੇ। ਚਲੋ ਇੰਜੋਏ ਦ ਮੂਮੈਂਟ, ਥੈਂਕ ਯੂ ਸੋ ਮਚ। ਲਾ ਜੀ ਇੱਕ ਵਾਰੀ ਫਿਰ ਮਾਸਟਰ ਸ਼ੈਫ ਪੰਜਾਬੀ, ਮਤਲਬ ਕੁਛ ਭੁੱਲੇ ਦੀ ਨਹੀਂ ਨਾ, ਆਈ ਨੋ ਤੁਹਾਨੂੰ ਸਾਰਾ ਕੁਛ ਯਾਦ ਹੈ, ਪਰ ਇੱਕ ਚੀਜ਼ ਤੁਹਾਨੂੰ ਯਾਦ ਨਹੀਂ ਹੋਣੀ, ਜਿਹੜੀ ਅਕਸਰ ਹੀ ਆਪਾਂ ਘਰ ਦੇ ਵਿੱਚ ਕਹਿੰਦੇ ਹਾਂ ਕਿ ਜਿਹੜੀ ਰੋਟੀ ਪਾਣੀ ਬਣਾਉਣ ਦਾ ਕੰਮ ਹੈ ਨਾ, ਇਹ ਸਾਡਾ ਜਿਹੜੀਆਂ ਸਵਾਣੀਆਂ ਹੁੰਦੀਆਂ ਨੇ ਘਰ ਦੀਆਂ ਉਹਨਾਂ ਦਾ ਹੀ ਹੈ। ਬਈ ਇਹ ਗੱਲ ਹੋ ਗਈ ਹੈ ਹੁਣ ਪੁਰਾਣੀ, ਕਿਉਂਕਿ ਇਹ ਹੈ ਮਾਸਟਰ ਸ਼ੈਫ ਪੰਜਾਬੀ, ਮਾਣ ਪੰਜਾਬ ਦਾ, ਅਤੇ ਮਾਣ ਸਿਰਫ ਕੁੜੀਆਂ ਤਾਂ ਨਹੀਂ ਹੋ ਸਕਦੀਆਂ, ਖਾਸ ਤੌਰ 'ਤੇ ਜਦੋਂ ਗੱਲ ਖਾਣ ਪੀਣ ਦੀ ਆਉਂਦੀ ਹੈ ਅਤੇ ਗੱਲ ਆਉਂਦੀ ਹੈ ਜ਼ਾਇਕੇ ਦੇ ਵਿੱਚ ਵਰਾਇਟੀ ਦੀ। ਦੇਖੋ ਕੁੜੀਆਂ ਨੋ ਡਾਊਟ ਕਿ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਟਰਾਈ ਕਰਦੀਆਂ ਰਹਿੰਦੀਆਂ ਨੇ, ਜਿਹੜੀਆਂ ਸਾਡੀਆਂ ਮਦਰਸ ਨੇ, ਸਾਡੀਆਂ ਜਿਹੜੀਆਂ ਹਾਊਸ ਵਾਈਫ ਨੇ, ਹਮੇਸ਼ਾ ਕੋਸ਼ਿਸ਼ ਕਰਦੀਆਂ ਨੇ ਕਿ ਸਾਨੂੰ ਖਾਣਾ ਬਣਾ ਕੇ ਜਿੱਤ ਲਿਆ ਜਾਏ। ਪਰ ਹਾਂ, ਇਸ ਦੌਰ ਦੇ ਵਿੱਚ, ਯਾਨੀ ਕਿ ਇਸ ਜ਼ਾਇਕੇ ਦੀ ਜੰਗ ਦੇ ਵਿੱਚ, ਅੱਜ ਕੱਲ੍ਹ ਮੁੰਡੇ ਵੀ ਪਿੱਛੇ ਨਹੀਂ ਹੈ। ਇਹ ਦਰਸਾ ਰਿਹਾ ਸਾਡਾ ਮਾਸਟਰ ਸ਼ੈਫ ਪੰਜਾਬੀ ਦਾ ਇਹ ਪਲੇਟਫਾਰਮ, ਕਿਉਂਕਿ ਸਾਡੇ ਕੋਲ ਹੁਮ ਹੁਮਾ ਕੇ ਪਹੁੰਚੀ ਹੋਈ ਹੈ ਜੀ ਮੁੰਡਿਆਂ ਦੀ ਵੀ ਇੱਕ ਵੱਖਰੀ ਟੀਮ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਸਰ ਜਸਵੰਤ ਸਿੰਘ। ਕਿਹੜਾ ਚਿਕਨ ਬਣਾਇਆ ਜੀ ਤੁਸੀਂ? ਸਰ ਹੌਟ ਗਾਰਲਿਕ ਚਿਕਨ। ਹੌਟ ਗਾਰਲਿਕ, ਅਤੇ ਹੌਟ ਗਾਰਲਿਕ ਇਹਦੇ ਅੰਦਰ ਹੈ, ਇਹਦੇ ਬਾਹਰ ਹੈ, ਕਿੱਥੇ? ਸਰ ਉੱਪਰ ਲਗਾਇਆ ਜੀ। ਉੱਪਰ ਲਗਾਇਆ? ਹਾਂਜੀ ਸਰ। ਅਤੇ ਉਹਨੂੰ ਫਿਰ ਉਹ ਤੋਂ ਬਾਅਦ ਤੰਦੂਰ 'ਚ ਪਾਇਆ? ਹਾਂਜੀ ਸਰ। ਗੁੱਡ ਕ੍ਰੀਏਟਿਵਿਟੀ, ਟੇਸਟ ਇਜ਼ ਆਲਸੋ ਵੈਰੀ ਗੁੱਡ, ਟੈਕਸਚਰ ਵੀ ਵਧੀਆ। ਥੈਂਕ ਯੂ ਸਰ। ਅਤੇ ਆਈ ਹੋਪ ਅਸੀਂ ਮਿਲਦੇ ਹਾਂ ਦੁਬਾਰਾ ਜਲਦੀ। ਥੈਂਕ ਯੂ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ, ਤੁਸੀਂ ਕਿੱਥੋਂ ਦੀ ਆਏ ਹੋ? ਡਾਕਟਰ ਦਸ਼ਾ, ਅਤੇ ਜਲੰਧਰ ਤੋਂ ਆ। ਜਲੰਧਰ ਤੋਂ ਆਏ ਹੋ, ਅਤੇ ਅੱਜ ਤੁਸੀਂ ਕੀ ਬਣਾਇਆ ਅੱਜ ਤੁਸੀਂ? ਬਰਡਸ ਨੈਸਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਮ, ਅਤੇ ਉਬਲਿਆ ਹੋਇਆ ਅੰਡਾ ਹੈ, ਅਤੇ ਉਹਦੇ ਉੱਤੇ ਮੈਗੀ ਦਾ ਰੋਲ ਹੈ ਵਿੱਚ ਸੂਜੀ ਦੇ ਨਾਲ ਰੈਪ ਕੀਤਾ ਹੈ, ਅਤੇ ਨਾਲ ਪੁਦੀਨੇ ਦੀ ਚਟਨੀ ਹੈ ਦਹੀਂ ਵਾਲੀ। ਡਾਕਟਰ ਦਸ਼ਾ, ਤੁਸੀਂ ਇੰਗਲਿਸ਼ ਦੇ ਪ੍ਰੋਫੈਸਰ ਹੋ? ਹਾਂਜੀ। ਪਰ ਜੇ ਹੁਣ ਆਪਾਂ ਇਸ ਡਿਸ਼ ਨੂੰ ਪੰਜਾਬੀ ਦੇ ਵਿੱਚ ਨਾਮ ਦਿੰਦੇ ਤਾਂ ਕੀ ਨਾਮ ਦਿੰਦੇ? ਚਿੜੀਆ ਦਾ ਘੋਸਲਾ। ਅਤੇ ਨੈਚੁਰਲੀ ਇਹ ਵਰਡ ਨੈਸਟ ਹੈ, ਬੜਾ ਚੰਗਾ ਲੱਗ ਰਿਹਾ, ਪਰ ਉਹ ਜਿਹੜਾ ਨੈਸਟ ਹੈ ਉਹ ਮਿਸਿੰਗ ਲੱਗ ਰਿਹਾ ਮੈਨੂੰ ਕਿਤੇ। ਕੋਸ਼ਿਸ਼ ਤਾਂ ਪੂਰੀ ਕੀਤੀ ਗਈ ਸੀ ਬਣਾਉਣ ਦੀ, ਅਤੇ ਬਾਕੀ ਤੁਹਾਡੀ ਸਲਾਹ ਇਜ਼ ਲਾਈਕ ਤੁਸੀਂ ਜੋ ਕਹੋਗੇ ਉਦਾਂ ਅੱਗੇ ਸੁਣਾ। ਇਟ ਇਜ਼ ਲੁਕਿੰਗ, ਮੈਂ ਤਾਂ ਮਜ਼ਾਕ ਕਰ ਰਿਹਾ, ਬਹੁਤ ਵਧੀਆ ਡਿਸ਼ ਲੱਗ ਰਹੀ ਹੈ, ਪ੍ਰੈਜੈਂਟੇਸ਼ਨ ਬਹੁਤ ਹੀ ਜ਼ਿਆਦਾ ਵਧੀਆ ਕੀਤੀ ਗਈ ਹੈ। ਥੈਂਕ ਯੂ ਜੀ। ਅਤੇ ਬਾਕੀ ਦੇਖਦੇ ਹਾਂ ਜੱਜਿਸ ਟੇਸਟ ਕਰਕੇ ਕੀ ਆਪਣਾ ਰਾਏ ਦਿੰਦੇ ਨੇ ਇਸ ਡਿਸ਼ ਬਾਰੇ। ਬਹੁਤ ਹੀ ਬੈਲੈਂਸ ਟੇਸਟ ਹੈ ਡਿਸ਼ ਦਾ, ਪਰ ਇੱਕ ਸੁਜੈਸ਼ਨ ਹੈ ਮੇਰੀ, ਜੇ ਆਪਾਂ ਇਸ ਡਿਸ਼ ਨੂੰ ਇਸ ਤਰ੍ਹਾਂ ਪੇਸ਼ ਕਰਦੇ ਤਾਂ ਹੋਰ ਵਧੀਆ ਲੱਗਦਾ, ਕਿਉਂਕਿ ਜਿਹੜਾ ਨੈਸਟ ਹੈ ਉਹਦੇ ਜਿਹੜੇ ਬਾਹਰ ਉਹਨਾਂ ਨੇ ਤਿਨਕਾ ਜੋੜ ਕੇ ਬਣਾਉਣਾ ਸੀ, ਉਹ ਸਿਰਫ ਇਸ ਤਰ੍ਹਾਂ ਹੀ ਪੇਸ਼ ਹੋ ਸਕਦਾ ਸੀ, ਨਜ਼ਰ ਵੀ ਆਉਣਾ ਸੀ, ਜ਼ਿਆਦਾ ਸੋਹਣਾ ਲੱਗਾ। ਬਾਕੀ ਜੋ ਡਿਸ਼ ਦਾ ਟੇਸਟ ਹੈ ਬਹੁਤ ਹੀ ਬੈਲੈਂਸਡ ਹੈ, ਜਿਹੜੇ ਤੁਸੀਂ ਸਪਾਈਸਿਸ ਯੂਜ਼ ਕੀਤੇ ਹੈ ਬਹੁਤ ਹੀ ਬੈਲੈਂਸਡ ਹੈ। ਸ਼ੁਕਰੀਆ। ਅਤੇ ਦੇਖਦੇ ਹਾਂ ਅਸੀਂ ਹੁਣ ਕਿ ਅੱਗੇ ਬਾਕੀ ਸਾਰਿਆਂ ਦੇ ਮੇਲ ਮਿਲਾਪ ਨਾਲ ਕੀ ਬਣਦਾ ਹੈ। ਥੈਂਕ ਯੂ। ਟੈਕਸਚਰ ਇਜ਼ ਵੈਰੀ ਗੁੱਡ। ਥੈਂਕ ਯੂ। ਇਟ ਇਜ਼ ਵੈਰੀ ਸੌਫਟ ਔਰ ਇਕਦਮ ਟੁੱਟ ਰਿਹਾ ਬਹੁਤ ਜਲਦੀ, ਟੱਚ ਕਰਦੇ। ਅਤੇ ਜਿੱਦਾਂ ਸ਼ੈਫ ਰਾਣਾ ਦੀ ਬਿਲਕੁਲ ਸਹੀ ਸੁਜੈਸ਼ਨ ਹੈ, ਤੁਸੀਂ ਇਹਦੇ ਥੱਲੇ ਨਾ ਜੇ ਮੈਗੀ ਦਾ ਹੀ ਨੈਸ ਦੇ ਦਿੰਦੇ ਓਰੀਜਨਲ ਲੁੱਕ ਆ ਜਾਂਦੀ, ਬਟ ਸਟਿਲ ਇਟਸ ਵੈਰੀ ਨਾਈਸ। ਮੈਗੀ ਆ ਉਹਦੀ ਜਗ੍ਹਾ ਨੂਡਲਸ ਲੈ ਕੇ ਤੁਸੀਂ ਉਹਨੂੰ ਕ੍ਰਿਸਪ ਕਰ ਸਕਦੇ ਸੀ, ਫਰਾਈ ਕਰਕੇ ਥੋੜਾ ਉਹਦੇ ਵਿੱਚ ਪੂਰਾ ਮਤਲਬ ਉਹਦਾ ਨੈਸ ਦਾ ਪੂਰਾ ਆ ਜਾਣਾ ਸੀ ਉਹਦਾ। ਨੈਕਸਟ ਟਾਈਮ ਮੈਂ ਇਦਾਂ ਹੀ ਟਰਾਈ ਕਰਾਂਗੇ। ਮਗਰ ਮੈਂ ਉਹਦਾ ਤੋਂ ਮੈਂ ਇਟਾਲੀਅਨ ਪਾਸਤਾ ਯੂਜ ਕਰਤਾ, ਬਿਕੋਜ਼ ਮੈਗੀ ਮੈਂ ਗਲੂਟਨ ਕੰਟੈਂਟ ਇਕਦਮ ਜ਼ੀਰੋ ਹੁੰਦਾ ਹੈ, ਤਾਂ ਉਸਸੇ ਜੋ ਨੈਸਟ ਆਪ ਬਣਾਉਣਾ ਚਾਹਤੇ ਉਹ ਭਰਤਾ ਬਣ ਜਾਂਦਾ ਹੈ, ਇਟ ਬਿਕਮਸ ਲਾਈਕ ਅ ਆਲੂ ਕਾ। ਨੈਕਸਟ ਟਾਈਮ ਵੈਨ ਯੂ ਟਰਾਈ ਟਰਾਈ ਇਟ ਵਿਦ ਐਨ ਇਟਾਲੀਅਨ ਪਾਸਤਾ ਵਿਚ ਹੈਜ਼ ਦੁਰਮ ਫਲਾਵਰ। ਥੈਂਕ ਯੂ। ਮਾਸਟਰ ਸ਼ੈਫ ਪੰਜਾਬੀ ਆਇਆ ਜੀ ਆਇਆ ਬੇਕੋ। ਅੰਦਰੋਂ ਆਡੀਸ਼ਨ ਜਿਹੜੀ ਆਵਾਜ਼ਾਂ ਮੈਨੂੰ ਸੁਣਨ ਨੂੰ ਬਾਹਰ ਮਿਲ ਰਹੀਆਂ ਨੇ ਉਹ ਇਹ ਗਈਆਂ ਨੇ ਕਿ ਵਾਹ ਬਈ ਵਾਹ, ਕਿਆ ਬਾਤ ਹੈ, ਬਹੁਤ ਹੀ ਸਵਾਦ ਸੀਗਾ। ਹੁਣ ਮੈਂ ਵੀ ਵੇਖਦੀ ਹਾਂ ਕਿ ਜਦੋਂ ਇੱਕ ਇੱਕ ਕਰਕੇ ਕੰਟੈਸਟੈਂਟ ਬਾਹਰ ਆਉਣਗੇ ਤਾਂ ਆਪਣੀ ਕਿਹੜੇ ਡਿਸ਼ ਮੈਨੂੰ ਟੇਸਟ ਕਰਾਉਣ ਵਾਲੇ ਨੇ। ਸੋ ਵੇਖਦੇ ਹਾਂ ਆਪਣੇ ਅਗਲੇ ਕੰਟੈਸਟੈਂਟ ਨਾਲ, ਅਤੇ ਮਿਲਦੇ ਹਾਂ ਉਹਨਾਂ ਨੂੰ। ਸੋ ਪਹਿਲਾਂ ਸਾਡੇ ਕੋਲ ਆਏ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਬਿਲਕੁਲ ਵਧੀਆ ਜੀ। ਮੈਂ ਤੁਹਾਡਾ ਨਾਂ ਬਾਅਦ 'ਚ ਪੁੱਛਾਂਗੀ, ਪਹਿਲਾਂ ਦੱਸੋ ਉੱਥੇ ਡਿਸ਼ ਕਿੱਥੇ ਆ? ਅੰਦਰ ਤਾਂ ਮੈਨੂੰ ਪਈ ਨਾ ਮੈਮ, ਤੁਸੀਂ ਦੇਖਿਓ ਨਹੀਂ ਉੱਥੇ ਰੱਖੀ ਸੀ ਮੈਂ।
ਅੱਛਾ ਤੇ ਸਾਨੂੰ ਮਤਲਬ ਬਾਹਰ ਟੇਸਟ ਕਰਨ ਦਾ ਮੌਕਾ ਨਹੀਂ ਮਿਲੂਗਾ? ਉਹ ਸਰਪ੍ਰਾਈਜ਼ ਹੈ, ਤੁਸੀਂ ਉੱਥੇ ਜਾਓਗੇ ਤੁਹਾਨੂੰ ਆਪ ਕੇ ਖਾ ਕੇ ਚੰਗਾ ਲੱਗੂਗਾ। ਕਿਆ ਬਾਤ ਹੈ, ਠੀਕ ਹੈ ਜੀ। ਅੱਛਾ ਤੁਸੀਂ ਹੁਣ ਨਾ ਦੱਸੋ ਕਿੱਥੋਂ ਆਏ ਹੋ ਤੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਆਡੀਸ਼ਨ ਦਾ? ਡਾਕਟਰ ਦਿਸ਼ਾ ਖੰਨਾ ਜੀ, ਮੈਂ ਜਲੰਧਰ ਤੋਂ ਜੀ, ਤੇ ਇੱਥੇ ਜੀ ਐਨ ਯੂਨੀਵਰਸਿਟੀ ਵਿੱਚ ਜੋਬ ਵੀ ਕਰਦੀ ਹਾਂ। ਓਕੇ, ਤੇ ਤੁਸੀਂ ਅੱਜ ਅੱਛਾ ਨਾ ਹੀ ਦੱਸ ਦਿਓ ਸੀ, ਮੈਂ ਤਾਂ ਟੇਸਟ ਕਰ ਲਾਂਗੀ। ਕੰਟੈਸਟੈਂਟਸ ਐਟਲੀਸਟ ਨਾ ਤਾਂ ਦੱਸ ਦੇਵਾਂ ਕੀ ਖਾਣਾ। ਅੰਗਰੇਜ਼ੀ ਵਿੱਚ ਅਸੀਂ ਉਹਨੂੰ ਬਰਡਸ ਨੈਸਟ ਕਹਿੰਦੇ ਹਾਂ, ਪਰ ਪੰਜਾਬੀ ਵਿੱਚ ਚਿੜੀਆ ਦਾ ਘੋਸਲਾ। ਅੱਛਾ, ਤੁਸੀਂ ਇਹ ਖਵਾ ਕੇ ਆਏ ਹੋ? ਕਿਆ ਬਾਤ ਹੈ, ਨਾ ਤਾਂ ਬੜਾ ਇੰਟਰਸਟਿੰਗ ਹੈ ਤੇ ਕਿੱਦਾਂ ਦਾ ਰਿਸਪੌਂਸ ਮਿਲਿਆ? ਚਾਰੋ ਜੱਜਸ ਕਾਫੀ ਖੁਸ਼ ਸੀਗੇ ਐਂਡ ਉਹਨਾਂ ਨੇ ਕਾਫੀ ਤਾਰੀਫ ਵੀ ਕੀਤੀ ਹੈ ਤੇ ਕੁਝ ਸੁਜੈਸ਼ਨਸ ਵੀ ਦਿੱਤੀਆਂ। ਹੋਪਫੁਲੀ ਨੈਕਸਟ ਟਾਈਮ ਅਗਰ ਮੈਂ ਕ੍ਰੋਸ ਕਰਦੀ ਹਾਂ ਤੇ ਸ਼ਾਇਦ ਕੁਝ ਹੋਰ ਚੰਗਾ ਬਣਾ ਪਾਵਾਂ, ਪਰ ਮੈਨੂੰ ਉਮੀਦ ਹੈ ਕਿ ਅਗਰ ਚਲੇ ਜਾਵਾਂਗੇ ਤਾਂ ਸ਼ਾਇਦ ਰੌਣਕਾਂ ਲਗਾ ਦੇਵਾਂ ਤੇ ਬਾਕੀ ਮੈਨੂੰ ਕੋਈ ਐਸਾ ਖਾਸ ਨਿਰਾਸ਼ਾ ਵੀ ਨਹੀਂ ਹੋਏਗੀ, ਬਿਕੋਜ਼ ਇੰਨੇ ਵੱਡੇ ਵੱਡੇ ਸ਼ੈਫ ਦੇ ਨਾਲ ਮਿਲ ਲਿਆ, ਇਹੀ ਮੇਰੇ ਲਈ ਬਹੁਤ ਵੱਡੀ ਖੁਸ਼ਨਸੀਬੀ ਹੈ। ਵਰਿੰਦਰ ਜੀ, ਕੀ ਬਣਾਇਆ ਤੁਸੀਂ ਅੱਜ? ਸਰ, ਭੱਠੀ ਮੁਰਗ ਬਣਾਇਆ ਮੈਨੇ ਅਤੇ ਉਹਦੇ ਨਾਲ ਇਟਾਲੀਅਨ ਦੀ ਫੋਕਾਚੀਆ ਹੁੰਦੀ ਅਤੇ ਉਹਨੂੰ ਇੰਡੀਅਨ ਟੱਚ ਦਿੱਤਾ ਅਤੇ ਉਹਦੇ 'ਚ ਫੋਕਾਚੀਆ ਨਾਲ ਬਣਾਇਆ। ਬਹੁਤ ਵਧੀਆ ਪ੍ਰੈਜੈਂਟੇਸ਼ਨ ਹੈ। ਥੈਂਕ ਯੂ। ਇੰਡੀਅਨ ਟੱਚ ਜਿਹੜਾ ਨਜ਼ਰ ਆ ਰਿਹਾ, ਤੁਸੀਂ ਕਿਹਾ ਮਿੱਸੀ ਰੋਟੀ, ਫੋਕਾਚੀਆ ਹੈ, ਜਿਹੜੇ ਐਲੀਮੈਂਟਸ, ਜਿਹੜੇ ਇੰਗਰੀਡੀਐਂਟਸ ਯੂਜ਼ ਕੀਤੇ ਨੇ ਫੋਕਾਚੀਆ ਬਣਾਉਣ ਵਿੱਚ, ਟਮਾਟਰ ਯੂਜ਼ ਕੀਤਾ ਗਿਆ ਇੱਥੇ, ਗ੍ਰੀਨ ਚਿੱਲੀ ਵੀ ਯੂਜ਼ ਕੀਤੀ ਐਲਬੈਨੋ ਦੀ ਜਗ੍ਹਾ 'ਤੇ, ਬਾਕੀ ਬਣਾਉਣ ਦਾ ਤਰੀਕਾ ਵੀ ਬਿਲਕੁਲ ਮਿੱਸੀ ਰੋਟੀ ਵਾਲਾ ਹੈ ਅਤੇ ਭੱਠੀ ਵਾਲਾ ਮੁਰਗ ਜਿਹੜਾ ਕਹਿ ਰਹੇ ਇੰਟਰਸਟਿੰਗ ਹੈ, ਭੱਠੀ ਵਾਲਾ ਮੁਰਗ ਭੱਠੀ ਵਿੱਚ ਬਣਾਇਆ ਤੁਸੀਂ? ਕਿਹੜੀ ਭੱਠੀ ਯੂਜ਼ ਕੀਤੀ ਹੈ? ਸਰ, ਤੰਦੂਰ। ਤੰਦੂਰ ਯੂਜ਼ ਕੀਤਾ ਗਿਆ ਅਤੇ ਇਹਦੇ ਵਾਸਤੇ ਕਿ ਸਪੈਸ਼ਲ ਵਰਿੰਦਰ ਮਸਾਲਾ ਕੋਈ ਲਾਂਚ ਕੀਤਾ ਗਿਆ ਕਿ ਕੋਈ ਮਾਰਕੀਟ 'ਚੋਂ ਆਪਾਂ ਜਿਹੜੇ ਸਪਾਈਸਿਸ ਆ ਉਹ ਲੈ ਕੇ ਨਾਲ? ਸਰ, ਟੋਮੈਟੋ ਗ੍ਰੇਵੀ ਆ। ਚਲੋ, ਹੁਣ ਸਾਰੇ ਜੱਜਿਸ ਟੇਸਟ ਕਰਕੇ ਦੱਸਦੇ ਆ ਬਾਕੀ ਕੀ ਹੈ ਅਤੇ ਟੈਕਸਚਰ ਪ੍ਰੈਜੈਂਟੇਸ਼ਨ ਬਹੁਤ ਸੋਹਣੀ ਲੱਗ ਰਹੀ ਹੈ, ਬਾਕੀ ਦੇਖਦੇ ਹਾਂ ਹੁਣ। ਬਹੁਤ ਵਧੀਆ ਡਿਸ਼ ਹੈ ਤਾਂ ਮੈਂ ਜ਼ਰੂਰ ਉੱਠ ਕੇ ਇੱਕ ਵਾਰੀ ਗਲੇ ਮਿਲੂੰਗਾ। ਰਿਧਿਮਾ ਜੀ, ਤੁਸੀਂ ਕਿੱਥੋਂ ਆਏ ਹੋ ਅਤੇ ਕੀ ਬਣਾ ਕੇ ਲਿਆਏ ਹੋ ਅੱਜ? ਮੈਂ ਫਗਵਾੜਾ ਸੇ ਆਈ ਹੂੰ ਐਂਡ ਮੈਂ ਪੁਲੇ ਗ੍ਰਿਲ ਵਿਦ ਮੋਰਨੇ ਸੌਸ ਬਣਾਇਆ। ਪੁਲੇ ਗ੍ਰਿਲ? ਹਾਂਜੀ। ਪੁਲੇ ਗ੍ਰਿਲ ਦਾ ਕੀ ਮਤਲਬ ਹੁੰਦਾ ਹੈ? ਚਿਕਨ, ਗ੍ਰਿਲ ਚਿਕਨ ਤੇ ਮੋਰਨੇ ਸੌਸ ਦੇ ਨਾਲ। ਤੁਹਾਨੂੰ ਕੀ ਮੋਟੀਵੇਸ਼ਨ ਸੀਗੀ ਇਹ ਡਿਸ਼ ਬਣਾਉਣ ਦੇ ਪਿੱਛੇ? ਇਜ਼ ਇਟ ਯੋਰ ਫੇਵਰੇਟ ਡਿਸ਼ ਜਾਂ ਪਹਿਲਾਂ ਕਿਤੇ ਖਾਧੀ ਸੀ? ਪਹਿਲਾਂ ਖਾਧੀ ਹੋਈ ਆ ਇਸ ਤੇ। ਆਲਰਾਈਟ, ਹਾਂਜੀ। ਰਿਧਿਮਾ, ਮੋਰਨੇ ਸੌਸ ਕੀ ਹੈ, ਥੋੜ੍ਹਾ ਜਿਹਾ ਡਿਸਕ੍ਰਾਈਬ ਕਰੂੰਗੇ? ਕਿਉਂਕਿ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਮੋਰਨੇ ਬੇਸਿਕਲੀ ਕੀ ਹੈ। ਇਹ ਸਾਡੀ ਮਦਰ ਸੌਸਿਸ ਹੁੰਦੀਆਂ, ਉਹਦੇ ਵਿੱਚ ਬੈਸਮਲ ਸੌਸ ਹੁੰਦੀ ਆ ਜਿਹਦੇ ਵਿੱਚ ਆਪਾਂ ਐਡ ਕੀਤਾ ਵਾ ਚੀਜ਼, ਜਦ ਆਪਾਂ ਉਸ ਸੌਸ ਦੇ ਵਿੱਚ ਚੀਜ਼ ਨੂੰ ਐਡ ਕਰ ਦਿੰਦੇ ਹਾਂ ਤਾਂ ਮੋਰਨੇ ਸੌਸ ਬਣ ਜਾਂਦੀ ਆ। ਤੁਸੀਂ ਕਿਹਾ ਸਾਡੀਆਂ ਮਦਰ ਸੌਸਿਸ ਹੁੰਦੀਆਂ ਨੇ, ਸਾਡੀਆਂ ਮਤਲਬ ਕੁਕਿੰਗ ਦੇ ਵਿੱਚ ਮਦਰ ਸੌਸ ਹੁੰਦੀਆਂ। ਤਾਂ ਇਹ ਫ੍ਰੈਂਚ ਕੁਜ਼ੀਨ ਦੀਆਂ ਜੀ ਮਦਰ ਸੌਸ ਹੈ, ਬੈਚਮਲ ਸੌਸ ਉਹਦਾ ਡੈਰੀਵੇਟਿਵ ਹੈ। ਹਾਂਜੀ, ਡੈਰੀਵੇਟਿਵ ਹੈ ਤੇ ਚੀਜ਼ ਉਹਦੇ ਵਿੱਚ ਤੁਸੀਂ ਐਡ ਕਰ ਦੇਣਾ ਤੇ ਉਹ ਮੋਰਨੇ ਸੌਸ ਬਣ ਜਾਂਦੀ ਹੈ। ਇੱਕ ਦਰਸ਼ਕ ਦੇਖ ਰਹੇ ਨੇ ਇਸ ਡਿਸ਼ ਨੂੰ, ਬਾਕੀ ਜੱਜਿਸ ਕਿੰਨਾ ਕੁ ਗ੍ਰਿਲ ਕਰਦੇ ਨੇ ਤੁਹਾਨੂੰ ਦੇਖਦੇ ਹਾਂ ਜੀ। ਜੇ ਗ੍ਰਿਲ ਚਿਕਨ, ਬਟ ਦ ਚਿਕਨ ਬ੍ਰੈਸਟ ਯੂ ਟੇਕਨ। ਹਾਂਜੀ। ਇਹ ਸਕਿਨ ਕੇ ਸਾਥ ਹੋਣੀ ਚਾਹੀਏ ਕਿ ਵਿਦਾਊਟ ਸਕਿਨ ਹੋਣੀ ਚਾਹੀਏ? ਵਿਦਾਊਟ। ਅਗਰ ਆਪ ਬੈਸ਼ਮਲ ਸੌਸ ਐਕਸਪਲੇਨ ਕਰ ਸਕਤੇ ਹੋ ਤੋ ਇਹ ਜੋ ਚਿਕਨ ਬ੍ਰੈਸਟ ਹੈ ਇਹ ਵਿਦ ਸਕਿਨ ਹੋਣੀ ਚਾਹੀਏ। ਜ਼ਿਆਦਾ ਦੇ ਉੱਤੇ ਸਕਿਨ ਹੁੰਦੀ ਹੈ ਜਿੱਦਾਂ ਸ਼ੈਫ ਨੇ ਕਿਹਾ, ਤਾਂ ਜਿਹੜੀ ਇਹਦੀ ਡਿਸਟ੍ਰੀਬਿਊਸ਼ਨ ਆਫ ਹੀਟ ਹੈ ਉਹ ਪ੍ਰੋਪਰ ਹੋ ਜਾਂਦੀ ਹੈ, ਨਹੀਂ ਤਾਂ ਜਦੋਂ ਜ਼ਿਆਦਾ ਹੀਟ ਹੋਏਗੀ ਉਦੋਂ ਹਾਰਡ ਹੋ ਜਾਏਗਾ। ਬਟ ਐਨੀਵੇਜ਼ ਦ ਮੈਰੀਨੇਸ਼ਨ ਦਾ ਟੇਸਟ ਇਜ਼ ਗੁੱਡ। ਥੈਂਕ ਯੂ। ਕੀ ਨਾਮ ਹੈ ਜੀ ਤੁਹਾਡਾ? ਗੁਰਵਿੰਦਰ ਸਿੰਘ ਜੀ। ਗੁਰਵਿੰਦਰ, ਕੀ ਬਣਾਇਆ ਹੈ? ਝੂਮਤਾ ਚਿਕਨ ਅੰਗਾਰਾ। ਝੂਮਤਾ ਚਿਕਨ ਅੰਗਾਰਾ, ਇਹ ਝੂਮਤਾ ਕੀ ਹੁੰਦਾ? ਝੂਮਤਾ ਮਤਲਬ ਕੀ ਹੋਇਆ? ਕਿਉਂਕਿ ਇਹਦੇ ਵਿੱਚ ਰਮ ਦਾ ਯੂਜ਼ ਹੋਇਆ। ਅੱਛਾ, ਰਮ ਦਾ ਮਤਲਬ ਟੱਲੀ ਹੋਣ ਵਾਲਾ ਮੁਰਗ ਹੈ ਨਾ? ਹਾਂਜੀ। ਕੁੱਕੜ ਹੀ ਹੈ ਨਾ? ਹਾਂਜੀ ਹਾਂਜੀ। ਕੀ ਕਰਦੇ ਹੋ ਤੁਸੀਂ ਗੁਰਵਿੰਦਰ ਜੀ?
ਐਜ਼ ਅ ਬਾਊਂਸਰ ਜੋਬ ਕਰਦੇ ਹਾਂ ਪਾਰਟ ਟਾਈਮ ਜੋਬ। ਉਹ ਵਾਹ ਜੀ, ਬਾਊਂਸਰ ਦਾ ਕੰਮ ਕਰਦੇ ਤੇ ਖਾਣਾ ਬਣਾ ਕੇ ਲਿਆਏ, ਉਹ ਵੀ ਇੰਨੀ ਜ਼ਬਰਦਸਤ ਪ੍ਰੈਜੈਂਟੇਸ਼ਨ ਦੇ ਨਾਲ। ਥੈਂਕ ਯੂ ਸਰ। ਇਸ ਪ੍ਰੋਫੈਸ਼ਨ ਨੂੰ ਜਿਹੜਾ ਤੁਸੀਂ ਅੱਗੇ ਲਿਆ ਰਹੇ ਹੋ, ਉਹ ਇੱਕ ਹੋਰ ਵੀ ਮਿਸਾਲ ਹੈ ਕਿ ਤੁਸੀਂ ਖਾਣਾ ਪੀਣਾ ਤਾਂ ਖਾਣਾ ਹੀ ਪੈਣਾ ਤੁਹਾਨੂੰ, ਕਿਉਂਕਿ ਤੁਸੀਂ ਪ੍ਰੋਫੈਸ਼ਨ ਹੀ ਇੱਦਾਂ ਦਾ, ਪਰ ਤੁਸੀਂ ਬਣਾ ਵੀ ਰਹੇ ਹੋ ਤਾਂ ਤੁਹਾਡੇ ਲਈ ਸ਼ੈਫ ਨੇ ਤਾਲੀਆਂ ਤਾਂ ਪਹਿਲੇ ਹੀ ਮਾਰ ਦਿੱਤੀਆਂ ਨੇ। ਇਟ ਇਜ਼ ਲਾਈਕ ਬਹੁਤ ਹੀ ਵਧੀਆ ਜੀ। ਜਿਵੇਂ ਤੁਸੀਂ ਦੇਖਿਆ ਕਿ ਸ਼ੈਫ ਵਰਮਾ ਬਹੁਤ ਇੰਪ੍ਰੈਸਿਵ ਨੇ ਇਸ ਪ੍ਰੈਜੈਂਟੇਸ਼ਨ ਤੋਂ, ਔਰ ਉਹਨਾਂ ਨੇ ਜਿਹੜਾ ਇਹ ਟੂਲ ਵੀ ਯੂਜ਼ ਕੀਤਾ ਹੈ ਪ੍ਰੈਜੈਂਟੇਸ਼ਨ ਵਾਸਤੇ, ਬਹੁਤ ਵਧੀਆ ਹੈ। ਅਤੇ ਬਾਕੀ ਟੇਸਟ ਹੁਣ ਆਪਾਂ ਕਰਕੇ ਦੇਖਦੇ ਹਾਂ, ਅਤੇ ਬਾਕੀ ਜੱਜਿਸ ਦੇ ਕਮੈਂਟ ਵੀ ਦੇਖਦੇ ਹਾਂ ਕੀ ਮਿਲਦੇ ਨੇ। ਕਿ ਤੁਸੀਂ ਬਹੁਤ ਵਧੀਆ ਗੱਲ ਦੱਸੀ ਵੀ ਤੁਸੀਂ ਡਰਿੰਕ ਨਹੀਂ ਕਰਦੇ। ਅੱਜ ਕੱਲ੍ਹ ਦੀ ਜਿਹੜੀ ਯੂਥ ਜਨਰੇਸ਼ਨ ਹੈ, ਜੇ ਆਪਣੀ ਕ੍ਰੀਏਟਿਵ ਕੰਮਾਂ 'ਚ ਲੱਗੀ ਰਹੇ, ਡਰਿੰਕ ਨਾ ਕਰੇ ਤਾਂ ਬਹੁਤ ਰਸਤੇ ਅੱਗੇ ਜਾਣ ਦੇ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਯੂਥ ਨੂੰ ਅੱਗੇ ਲੈ ਕੇ ਜਾਈਏ, ਦੇਸ਼ ਦਾ ਭਵਿੱਖ ਜਿਹੜਾ ਇਹਨੂੰ ਵਧੀਆ ਕਰੀਏ ਹੋਰ। ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਅਤੇ ਨਾਲੇ ਆਪਣੀ ਡਿਸ਼ ਦੇ ਬਾਰੇ ਵੀ ਥੋੜ੍ਹਾ ਡਿਸਕ੍ਰਾਈਬ ਕਰੋ। ਸ਼ੈਫ, ਮੇਰਾ ਨਾਮ ਇਸ਼ਾਨੀ ਹੈ ਅਤੇ ਮੈਂ ਜਲੰਧਰ ਤੋਂ ਬਿਲੋਂਗ ਕਰਦੀ ਹਾਂ। ਮੈਂ ਇੱਕ ਹੋਮ ਬੇਕਰ ਹਾਂ ਅਤੇ ਮੇਰਾ ਕੇਕਸ ਐਂਡ ਆਲ ਦਾ ਕੰਮ, ਆਈ ਵਰਕ ਫਰੋਮ ਹੋਮ। ਐਂਡ ਮੈਂ ਅੱਜ ਬਣਾਇਆ ਹੈ ਪਾਨ ਚੀਜ਼ ਕੇਕ ਵਿਦ ਫਰੈਸ਼ ਰੋਜ਼ ਪੈਟਲ ਜੈਮ। ਡਿਸ਼ ਜਿਹੜੀ ਹੈ ਪਹਿਲੀ ਤਾਂ ਮਤਲਬ ਕਿ ਮੇਰੀਆਂ ਦਾ ਅੱਖਾਂ ਨੂੰ ਭਾ ਗਈ ਹੈ, ਮਤਲਬ ਮੈਂ ਹਲੇ ਨਾ ਤਾਂ ਟੇਸਟ ਕੀਤੀ ਹੈ ਨਾ ਹੀ ਉਹ ਹੈ, ਮਤਲਬ ਇਟ ਇਜ਼ ਵਨ ਆਫ ਦੀ ਬੈਸਟ ਡਿਸ਼ ਹਲੇ ਤੱਕ ਜਿੰਨੀਆਂ ਵੀ ਡਿਸ਼ਿਜ਼ ਆਈਆਂ ਨੇ, ਉਹ 'ਚ ਸਭ ਤੋਂ ਵਧੀਆ ਪ੍ਰੈਜੈਂਟੇਸ਼ਨ ਹੈ ਜਿਹੜੀ, ਅਤੇ ਉਹ ਹੈ ਜੀ। ਅਤੇ ਬਾਕੀ ਜੋ ਵੀ ਟੇਸਟ ਹੈ ਉਹ ਅਸੀਂ ਜ਼ਰੂਰ ਦੇਖਾਂਗੇ। ਹੁਣ ਜੱਜਿਸ ਉਹਦੇ ਬਾਰੇ ਟੇਸਟ ਕਰਨ ਤੋਂ ਬਾਅਦ ਤੁਹਾਨੂੰ ਕੁਸ਼ਚਨ ਵੀ ਜੋ ਪੁੱਛਦੇ ਨੇ ਉਹਦੇ ਦੱਸਣਾ ਹੈ, ਪਰ ਮੇਰੇ ਵੱਲੋਂ ਜੋ ਡਿਸ਼ ਦੀ ਪ੍ਰੈਜੈਂਟੇਸ਼ਨ ਹੈ ਅਤੇ ਜੋ ਆਈ ਅਪੀਲਿੰਗ ਹੈ ਉਹਦੇ ਵਾਸਤੇ ਤਾਂ ਮਤਲਬ ਕਿ ਮੈਂ ਜਾ ਕੇ ਇਹਨਾਂ ਨੂੰ ਇੱਕ ਐਪਰੀਸ਼ੀਏਟ ਕਰ ਸਕਦਾ ਹਾਂ, ਉਹ ਤਾਂ ਬਣਦਾ ਹੈ ਜੀ। ਥੈਂਕ ਯੂ। ਇੱਕ ਮਿੰਟ ਦੱਸੋ, ਜਿਹੜਾ ਇਹ ਡਰਾਈਡ ਐਪਲ ਹੈ ਇਹ ਤੁਸੀਂ ਕਿੱਦਾਂ ਕ੍ਰੀਏਟ ਕੀਤਾ? ਸ਼ੈਫ, ਮੈਂ ਐਪਲ ਕੋ ਬਿਲਕੁਲ ਥਿਨ ਸਲਾਈਸ ਕਰਕੇ ਓਵਨ ਮੇ ਹਾਫ ਐਨ ਆਰ ਬੇਕ ਕੀਆ। ਵੈਰੀ ਨਾਈਸ, ਵੈਰੀ ਨਾਈਸ। ਈਵਨ ਤੁਸੀਂ ਦੇਖ ਸਕਦੇ ਹੋ ਦਾ ਕਲਰ ਵੀ ਬਿਲਕੁਲ ਮੇਨਟੇਨਡ ਹੈ। ਹਾਂਜੀ। ਤੁਸੀਂ ਇਹਨੂੰ ਕਿੱਦਾਂ ਮੇਨਟੇਨ ਰੱਖਿਆ ਕਿ ਬਲੈਕ ਨਹੀਂ ਹੋਇਆ? ਸ਼ੈਫ, ਮੈਂ ਇਹਦੇ ਉੱਤੇ ਲੈਮਨ ਲਾਇਆ ਸੀ, ਨਿੰਬੂ ਦਾ ਰਸ, ਜਿਹਦੇ ਤੋਂ ਇਹ ਬਲੈਕ ਹੋਣ ਤੋਂ ਰਹਿ ਗਿਆ। ਤੋ ਜਿਹੜਾ ਲੈਮਨ ਹੈ ਉਹ ਬੇਸਿਕਲੀ ਆਕਸੀਡੇਸ਼ਨ ਨੂੰ ਜਿਹੜਾ ਪ੍ਰੀਵੈਂਟ ਕਰਦਾ, ਸੋ ਦੈਟ ਇਜ਼ ਵਾਈ ਉਹਦਾ ਜਿਹੜਾ ਕਲਰਿੰਗ ਹੈ ਉਹ ਕਲਰਿੰਗ ਨਹੀਂ ਹੁੰਦੀ, ਬਰਾਊਨ ਕਲਰਿੰਗ। ਇੱਥੇ ਕੁਝ ਬਬਲਸ ਨਜ਼ਰ ਆ ਰਹੇ ਨੇ ਇਸ ਡਿਸ਼ ਦੇ ਅੰਦਰ, ਇਹ ਕੀ ਹੈ, ਕੀ ਡਿਸਕ੍ਰਾਈਬ ਕਰਨਾ? ਮੈਨੇ ਡਿਊ ਡ੍ਰੌਪਸ ਦਾ ਇਫੈਕਟ ਦਿੱਤਾ ਹੈ। ਬਹੁਤ ਵਧੀਆ ਲੱਗ ਰਿਹਾ, ਮਤਲਬ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਪਰਫੈਕਟ ਡਿਊਜ਼ ਨਜ਼ਰ ਆ ਰਹੀਆਂ ਨੇ। ਸ਼ੈਫ, ਇਹਦੇ ਲਾਸਟ ਲੇਅਰ ਵਿੱਚ ਮੁਖਵਾਸ ਦਾ ਕ੍ਰਸਟ ਹੈ ਅਤੇ ਉੱਤੇ ਰੋਜ਼ ਸਪੌਂਜ ਹੈ। ਮੈਂ ਆਪਣੀ ਪਰਸੈਪਸ਼ਨ ਹੁੰਦੀ ਹੈ ਕਿ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਬਹੁਤ ਹੀ ਵਧੀਆ ਡਿਸ਼ ਹੈ, ਮੈਂ ਡਿਸਕ੍ਰਾਈਬ ਨਹੀਂ ਕਰ ਸਕਦਾ ਜੋ ਟੇਸਟ ਆ ਰਿਹਾ ਹੈ, ਜੋ ਬੈਲੈਂਸ ਹੈ ਇਨਗਰੀਡੀਐਂਟਸ ਦਾ, ਰੋਜ਼ ਪੈਟਲਸ ਵੀ ਯੂਜ਼ ਕੀਤੀਆਂ ਗਈਆਂ ਹੈ, ਪਾਨ ਹੈ ਇੱਥੇ, ਬੈਟਲ ਹੈ, ਬਾਕੀ ਟੋਟਲੀ ਆਊਟਸਟੈਂਡਿੰਗ ਡਿਸ਼ ਹੈ, ਇਟ ਇਜ਼ ਵਨ ਆਫ ਦੀ ਬੈਸਟ ਡਿਸ਼। ਦੇਖੋ ਜੀ, ਮੇਰੇ ਵੱਲੋਂ ਤੁਸੀਂ ਇਨੋ, ਥੈਂਕ ਯੂ ਯੂਅਰ ਇਨ, ਬਾਕੀ ਹੁਣ ਸ਼ੈਫਸ ਆਪਣਾ ਡਿਸੀਜਨ ਲੈਣਗੇ। ਹਾਂਜੀ। ਤੇ ਸ਼ੈਫ ਨੀਲੂ ਨੂੰ ਥੋੜਾ ਜਿਹਾ ਕੁਝ ਪਸੰਦ ਨਹੀਂ ਆਇਆ, ਮੈਨੂੰ ਕਹਿ ਰਹੇ ਸੀਗੇ ਤੇ ਕੁਝ ਐਕਸਪ੍ਰੈਸ ਕਰਨਾ ਚਾਹਣਗੇ, ਮੈਂ ਇਹਨਾਂ ਨੂੰ ਮਾਈਕ ਹੀ ਦੇਣਾ, ਉਹ ਐਕਸਪ੍ਰੈਸ ਕਰੂਗੇ। ਦੇਖੋ ਮੈਮ, ਅਗਰ ਸਾਰੇ ਸ਼ੈਫ ਨੇ ਇੰਨਾ ਵਧੀਆ ਬੋਲ ਦਿੱਤਾ ਤੇ ਮੇਰੀ ਤਾਂ ਜ਼ਰੂਰਤ ਹੀ ਨਹੀਂ ਨਾ ਬਣਦੀ ਹੁਣ ਮੈਂ ਕੁਝ ਬੋਲ ਜਾਵਾਂ। ਆਪਕਾ ਵੀ ਮੇਰੇ ਕੋਲ ਮੈਟਰ ਕਰਦਾ ਹੈ ਮੈਮ, ਮਤਲਬ ਜਿਸ ਤਰ੍ਹਾਂ ਤੁਸੀਂ ਸਵੀਟ ਡਿਸ਼ ਸਾਡੇ ਲਈ ਬਣਾ ਕੇ ਲਿਆਏ ਹੋ, ਮੈਂ ਤੁਹਾਨੂੰ ਇੱਕ ਸਵੀਟ ਜੀ ਹੱਥ ਦੇ ਕੇ ਜਾਊਂਗੀ। ਓ ਪਲੀਜ਼, ਥੈਂਕ ਯੂ ਸੋ ਮਚ, ਥੈਂਕ ਯੂ ਸ਼ੈਫ, ਸਭ ਕੁਝ ਤੁਸੀਂ ਲੱਗ ਰਹੇ ਮੁਝੇ ਰੈਸਟੋਰੈਂਟ। ਥੈਂਕ ਯੂ, ਥੈਂਕ ਯੂ ਮੈਮ, ਮੈਨੇ ਤਾਂ ਵੈਲਕਮ ਕਰ ਦੇਣੀ ਤੁਹਾਡਾ। ਕੰਗ੍ਰੈਚੁਲੇਸ਼ਨਸ। ਕੀ ਨਾਮ ਹੈ ਤੁਹਾਡਾ? ਇਸ਼ਾਨੀ। ਇਸ਼ਾਨੀ, ਕਿੱਥੋਂ ਆਏ ਹੋ? ਮੈਂ ਜਲੰਧਰ ਤੋਂ। ਓਕੇ, ਤੇ ਕੀ ਸਪੈਸ਼ਲ ਤੁਸੀਂ ਲੈ ਕੇ ਆਏ ਅੱਜ ਤੇ? ਮੈਂ ਅੱਜ ਪਾਨ ਚੀਜ਼ ਕੇਕ ਬਣਾਇਆ ਸੀ ਫਰੈਸ਼ ਰੋਜ਼ ਪੈਟਲ ਜੈਮ ਦੇ ਨਾਲ। ਓਕੇ, ਤੇ ਕਿਵੇਂ ਦਾ ਰਿਹਾ ਫਿਰ ਤਜਰਬਾ? ਤਜਰਬਾ ਕਾਫੀ ਅੱਛਾ ਰਿਹਾ, ਕਾਫੀ ਸਿੱਖਣ ਨੂੰ ਮਿਲਦਾ ਉਹਨਾਂ ਦੇ ਕਮੈਂਟਸ ਤੋਂ, ਜਿਹੜੀ ਉਹ ਸਜੈਸ਼ਨਸ ਦਿੰਦੇ ਆ ਉਹਦੇ ਤੋਂ, ਤਾਂ ਕਾਫੀ ਐਨਰਜੀ ਵੀ ਆਉਂਦੀ ਹੈ, ਕੌਨਫੀਡੈਂਸ ਵੀ ਆਉਂਦਾ ਹੈ। ਓਕੇ, ਠੀਕ ਹੈ, ਤੇ ਤੁਹਾਡੀਆਂ ਐਕਸਪੈਕਟੇਸ਼ਨਸ ਕੀ ਕਹਿੰਦੀਆਂ ਨੇ? ਐਕਸਪੈਕਟੇਸ਼ਨਸ ਤਾਂ ਪੋਜ਼ਿਟਿਵ ਹੀ ਹੈ, ਬਾਕੀ ਅੱਗੇ ਦੇਖੋ। ਸਟਿਲ ਵੇਟਿੰਗ ਫੋਰ ਦ ਰਿਜ਼ਲਟ। ਬਿਲਕੁਲ ਜੀ। ਓਕੇ, ਚਲੋ, ਵਿਸ਼ ਯੂ ਆਲ ਦ ਬੈਸਟ। ਫਗਵਾੜਾ ਸ਼ਹਿਰ, 3 ਦਿਨ ਦੀ ਆਡੀਸ਼ਨਸ, ਯਾਨੀ ਕਿ ਮਾਸਟਰ ਸ਼ੈਫ ਪੰਜਾਬੀ ਮਾਨ ਪੰਜਾਬ ਦਾ ਕੁੱਕਰੀ ਰਿਐਲਿਟੀ ਸ਼ੋਅ ਦਾ ਉਤਸ਼ਾਹ
ਸਾਡੇ ਸਾਰੇ ਹੀ ਕੰਟੈਸਟੈਂਟਸ ਦੇ ਵਿੱਚ ਬਹੁਤ ਜ਼ਿਆਦਾ ਸੀ। ਖਾਸ ਤੌਰ 'ਤੇ ਜਿੱਥੇ ਗੱਲ ਜ਼ਾਇਕੇ ਦੀ ਆਵੇ ਤਾਂ ਮੇਰੇ ਖਿਆਲ ਦੇ ਵਿੱਚ ਇਹ ਉਤਸ਼ਾਹ ਹੋਣਾ ਵੀ ਬਣਦਾ। ਫਿਲਹਾਲ ਅੱਜ ਆਪਾਂ ਜਾ ਰਹੇ ਹਾਂ ਜੀ ਫਗਵਾੜੇ ਨੂੰ ਬਾਏ ਬਾਏ ਕਹਿ ਕੇ, ਅਤੇ ਮੈਂ ਵਰਿੰਦਰ ਕੌਰ ਲੈ ਕੇ ਜਾਊਂਗੀ ਤੁਹਾਨੂੰ ਸਾਰਿਆਂ ਨੂੰ ਕੱਲ੍ਹ ਸ਼ਹਿਰ ਲੁਧਿਆਣੇ ਦੇ ਵਿੱਚ, ਅਤੇ ਦੇਖਾਂਗੇ ਕਿ ਲੁਧਿਆਣੇ ਸਿਟੀ ਦਾ ਜ਼ਾਇਕਾ ਕੀ ਕਹਿੰਦਾ, ਕੀ ਹੋਵੇਗੀ ਵਰਾਇਟੀ, ਅਤੇ ਕਿਸ ਤਰ੍ਹਾਂ ਦੀਆਂ ਡਿਸ਼ਿਜ਼ ਹੋਣਗੀਆਂ ਸਾਡੇ ਜੱਜਸ ਦੇ ਟੇਬਲ 'ਤੇ। ਪਰ ਹਾਂ, ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਇਹੀ ਹੈ ਉਹ ਟਿਕਾਣਾ ਜਿੱਥੇ ਤੁਹਾਨੂੰ ਮਿਲੇਗਾ ਹੈਲਦੀ ਅਤੇ ਟੇਸਟੀ ਖਾਣਾ। ਸੋ ਕੀਪ ਵਾਚਿੰਗ ਮਾਸਟਰ ਸ਼ੈੱਫ ਪੰਜਾਬੀ ਮਾਣ ਪੰਜਾਬ ਦਾ ਅ ਕੁੱਕਰੀ ਰਿਐਲਿਟੀ ਸ਼ੋਅ, ਅਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ ਸਾਡੀ ਵੈਬਸਾਈਟ www.ddpunjabi.in ਦੇ ਜ਼ਰੀਏ, ਜਾਂ ਫਿਰ ਲਾਈਕ ਕਰ ਸਕਦੇ ਹੋ ਫੇਸਬੁੱਕ 'ਤੇ ਸਾਡਾ ਪੇਜ ਡੀਡੀ ਪੰਜਾਬੀ। ਅਤੇ ਹਾਂ, ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ, ਕਿਉਂਕਿ ਜਿੰਨਾ ਤੁਸੀਂ ਸ਼ੇਅਰ ਕਰੋਗੇ ਜੀ ਇਹ ਸ਼ੋਅ ਤੁਹਾਡੇ ਤੱਕ ਓਨਾ ਜ਼ਿਆਦਾ ਪਹੁੰਚੇਗਾ। ਚੇਨਈ ਚਾਹੇ ਜਲੰਧਰੋਂ ਗੁਜਰਾਤੀ ਚਾ ਪਾਰ ਸਮੁੰਦਰੋਂ ਆਏ ਸਭ ਕਿਸਮਤ ਅਜਮਾਵਣ ਲੈ ਕੇ ਸਵਾਦ ਨਵਾਬੀ। ਹਰ ਪੰਜਾਬੀ ਘਰ ਵਿੱਚ ਆਪਣੇ ਖਾਣਾ ਰੋਜ਼ ਬਣਾਵੇ, ਨਵੇਂ ਵਿਅੰਜਨ ਟੀਵੀ ਤੋਂ ਸਿੱਖ ਜਾਵੇ, ਜ਼ਾਇਕੇ ਪਿੱਛੇ ਹੁੰਦੇ ਮੈਂਟਲ, ਚਾਈਨੀਜ਼ ਹੋ ਜਾ ਕੰਟੀਨੈਂਟਲ, ਇਟਾਲੀਅਨ ਜਾਂ ਮੈਡੀਟਰੇਨੀਅਨ, ਮੁਗਲਈ ਬੜਾ ਸਵਾਦੀ।